मॉर्निंग एवरीवन कहानी अंग संग राइट कल आपां कर रहे सीगे कि कहानी दे लेखक बारे हरियाम सिंह संधू बारे ठीक है उहदे विच आपां शॉर्ट क्वेश्चंस लिखे सीगे ठीक है पॉइंट्स बना बना के जन्म माता पिता विद्या किता राइट ते उस तो बाद विच तुहानूं कहानी दसी सी ठीक है कहानी अंग संग जिहदा मुख पात्र है अमरीक सिंह ठीक है अमरीक सिंह मुख पात्र है उदा पिता है करतार सिंह ठीक है माता है जागीर कौर एक भरा है महिंदर सिंह जो कि आलसी है वेला रहिंदा है ते कोई वो काम नहीं करता नशियां दे विच फसिया होया है ते दो भैणां हन ठीक है जो कि ऑलरेडी व्याहियां होईयां ने ठीक है अज भोग पै गया सी रस्म अनुसार वड्डे मुंडे अमरीक नूं नानके जिम्मेदारी दी पग बना गए सन कि अगे चल रहा है कि ओदा जिहड़ा पिता है करतार सिंह उहदी मौत हो चुकी है ठीक है ते भोग पै गया ते उहदे विच की है कि वड्डा मुंडा क्योंकि अमरीक सिंह है कहा जाता है कि पिता की मौत तो बाद जी सारी रिस्पोंसिबिलिटी होंगी ना वो वड्डे मुंडे दे सिर ते आ जाती है ठीक है एक रस्म होंगी है पगड़ी बनने की रस्म वो नानके परिवार वाले मुंडे दे नानके परिवार वाले करते हैं तो पगड़ी की रस्म जी बन देंगे एक तरह ना उन्होंने जिम्मेदारी सौंप जाते हैं कि हूँ जरा घर है वो सारा तू ही सामना है ठीक है सारा परिवार हनेरी रात विच बाहरों आपो अपनियां मंजियां ते लेटिया होया सी एक चुप हनेरे वातावरण विच तणी हुई सी मतलब सारे पासे चुप सी ओ जो जा चुका सी अजे भी मुस्कुरांदा हसदा गुस्से हुंदा रोंदा मज्जां चोंदा पट्ठे कुतरदा डंगर खोलदा बंदा उहनां नूं पाणी पिआउंदा हल वाउंदा जीआं नूं बरचाउंदा जी जिहड़े घर दे मैंबर ने फैमिली मैंबरस ने बरचाउंदा मतलब उहनां दा दिल लगाई रखदा सी मारदा कुटदा वख वख रूपां विच सारे जीआं दे मन अंदर चलदी फिल्म वांग जिहड़े चेहरे बदल रिहा सी ਉਹ ਚੁੱਪ ਬੁੱਲਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆਨ ਹੀ ਉਹਨਾਂ ਦੇ ਅੰਗ ਸੰਗ ਸੀ ਇਸੇ ਘਰ ਵਿੱਚ ਇਹਨਾਂ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਕੋਲ ਸੁੱਤਾ ਹੋਇਆ ਸ਼ਰਾਬ ਵਿੱਚ ਗੁੱਟ ਠੀਕ ਹੈ ਸੋ ਪਹਿਲੇ ਪੈਰ ਵਿੱਚ ਦੱਸਿਆ ਹੋਇਆ ਹੈ ਕਿ ਕਿਸ ਤਰ੍ਹਾਂ ਜਿਹੜਾ ਕਰਤਾਰ ਸਿੰਘ ਸੀ ਅਮਰੀਕ ਸਿੰਘ ਦਾ ਪਤਾ ਉਹ ਵੱਖ ਵੱਖ ਕੰਮ ਕਰਦਾ ਹੁੰਦਾ ਸੀ ਸਾਰਿਆਂ ਦੇ ਦਿਮਾਗ ਵਿੱਚ ਸਿਰਫ ਉਹਦੀ ਜਿਹੜੀ ਹੈ ਇੱਕ ਛਵੀ ਜਿਹੀ ਬਣੀ ਹੋਈ ਸੀਗੀ ਕਿ ਉਹ ਕਿੱਦਾਂ ਹਰ ਇੱਕ ਕੰਮ ਕਰਦਾ ਰਹਿੰਦਾ ਸੀ ਠੀਕ ਹੈ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਹ ਮਰਿਆ ਨਹੀਂ ਹੈ ਹਾਲੇ ਵੀ ਉਹਨਾਂ ਦੇ ਅੰਗ ਸੰਗ ਹੈ ਜਿਸ ਤਰ੍ਹਾਂ ਕੱਲ੍ਹ ਆਪਾਂ ਟਾਈਟਲ ਡਿਸਕਸ ਕੀਤਾ ਸੀ ਅੰਗ ਸੰਗ ਮਤਲਬ ਉਹਨਾਂ ਨੂੰ ਲੱਗਦਾ ਸੀਗਾ ਕਿ ਹਮੇਸ਼ਾ ਉਹਨਾਂ ਦੇ ਕੋਲ ਹੀ ਰਹਿੰਦਾ ਹੈ ਕਿਉਂਕਿ ਨੈਚੁਰਲੀ ਫੈਮਿਲੀ ਮੈਂਬਰ ਹੈ ਤੇ ਸਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਸੱਚਾਈ ਨੂੰ ਕਦੀ ਵੀ ਅਸੈਪਟ ਨਹੀਂ ਕਰ ਪਾਉਂਦੇ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਆਸ ਪਾਸ ਹੀ ਹੈ ਕਿਤੇ ਸਾਨੂੰ ਦੇਖ ਰਿਹਾ ਹੈ ਠੀਕ ਹੈ ਤੇ ਹਰ ਟਾਈਮ ਸਾਨੂੰ ਇਹੀ ਭੁਲੇਖਾ ਪੈਂਦਾ ਰਹਿੰਦਾ ਹੈ ਕਿ ਕੋਲ ਹੀ ਹੈ ਇਸੇ ਤਰ੍ਹਾਂ ਹੀ ਅਮਰੀਕ ਸਿੰਘ ਤੇ ਉਹਦੇ ਪਰਿਵਾਰ ਵਾਲਿਆਂ ਨੂੰ ਵੀ ਲੱਗਦਾ ਸੀਗਾ ਕਿ ਉਹਦਾ ਪਿਤਾ ਜਿਹੜਾ ਹੈ ਉਹ ਡੰਗਰਾਂ ਮਤਲਬ ਕਿ ਜਿਹੜੇ ਜਾਨਵਰ ਨੇ ਮੱਝਾਂ ਗਾਵਾਂ ਨੇ ਉਹਨਾਂ ਦੇ ਕੋਲ ਸੁੱਤਾ ਹੋਇਆ ਹੈ ਤੇ ਨਸ਼ੇ ਵਿੱਚ ਪੂਰੀ ਤਰ੍ਹਾਂ ਨਾਲ ਉਹ ਖੁੱਬਿਆ ਹੋਇਆ ਹੈ ਠੀਕ ਹੈ ਸੋ ਇਸ ਪੈਰੇ ਦੇ ਵਿੱਚ ਫਸਟ ਕੁਐਸਚਨ ਬਣ ਸਕਦਾ ਹੈ ਫੋਰ 2 marks ਕਿ ਸਾਰੇ ਜੀਆਂ ਨੂੰ ਪਰਿਵਾਰ ਦੇ ਸਾਰੇ ਜੀਆਂ ਨੂੰ ਕਰਤਾਰ ਸਿੰਘ ਦੇ ਕਿਹੜੇ ਕਿਹੜੇ ਰੂਪ ਨਜ਼ਰ ਆਉਂਦੇ ਨੇ ਇਹਨੂੰ ਲਿਖ ਲਓ ਬੇਟਾ ਠੀਕ ਹੈ ਸਾਰੇ ਜੀਆਂ ਨੂੰ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਵਿੱਚ ਇੱਦਾਂ ਲਿਖ ਲਓ ਸਾਰੇ ਜੀਆਂ ਨੂੰ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਵਿੱਚ ਕਿਹੜੇ ਕਿਹੜੇ ਰੂਪ ਨਜ਼ਰ ਆਉਂਦੇ ਹਨ ਠੀਕ ਹੈ ਸੋ ਇਹ ਤੁਸੀਂ ਸਾਰੇ ਰੂਪ ਦੱਸ ਦੇਣੀ ਹੈ ਕਿ ਉਹ ਮਤਲਬ ਕਿ ਕਿਸ ਤਰ੍ਹਾਂ ਉਹਨੂੰ ਮੱਝਾਂ ਨੂੰ ਪਾਣੀ ਪਾਉਂਦਾ ਸੀ ਹੱਸਦਾ ਸੀ ਪੱਠੇ ਪਾਉਂਦਾ ਸੀ ਜੀਆਂ ਨੂੰ ਬਰਚਾਉਂਦਾ ਸੀ ਠੀਕ ਹੈ ਇਹ ਸਾਰੇ ਤੁਸੀਂ ਪੁਆਇੰਟਸ ਇਹਦੇ ਵਿੱਚ ਲਿਖ ਦੇਣੇ ਆ ਇਹ ਐਕਸਟਰਾ ਜਿੰਨੇ ਵੀ ਕੁਐਸਚਨਸ ਆਈ ਜਾਣਗੇ ਇਹਨਾਂ ਨੂੰ ਲਿਖੀ ਜ਼ਰੂਰ ਜਾਇਓ ਆਪਣੀ ਫੇਅਰ ਕਾਪੀ ਤੇ ਠੀਕ ਹੈ ਅਮਰੀਕ ਜੋ ਸਰਕਾਰੀ ਮੁਲਾਜ਼ਮ ਸੀ ਇਹਨੂੰ ਅੰਡਰਲਾਈਨ ਕਰ ਲਓ ਠੀਕ ਹੈ ਤੇ ਅਮਰੀਕ ਕੌਣ ਸੀ ਇੱਕ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ ਨਾਲ ਤੁਰੇ ਸਨ
ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ। ਕਿਉਂ? ਕਿਉਂਕਿ ਉਹਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਹਨੂੰ ਲੱਗਦਾ ਸੀਗਾ ਕਿ ਹੁਣ ਜ਼ਿੰਮੇਵਾਰੀ ਉਹਦੇ ਸਿਰ ਤੇ ਹੀ ਆ ਗਈ ਹੈ, ਤੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਮਹਿਸੂਸ ਕਰਦਾ ਸੀ, ਜਿਵੇਂ ਕੂਲੇ ਬੈੜਕੜੇ ਨੂੰ ਹਲੀ ਜੋ ਦਿੱਤਾ ਹੋਵੇ। ਕੂਲਾ ਨਰਮ, ਬਿਹੜਕਾ ਕੀ ਹੁੰਦਾ ਆ, ਮੱਝ ਦਾ ਜਿਹੜਾ ਬੱਚਾ ਹੁੰਦਾ ਆ ਉਹਨੂੰ ਏਦਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਨਵਾਂ ਜੰਮਿਆ ਜਿਹੜਾ ਬੱਚਾ ਹੈ, ਠੀਕ ਹੈ, ਜਾਂ ਨਰਮ ਹੈ ਹਾਲੇ ਬੱਚਾ ਕਿਉਂਕਿ ਉਹਦੇ ਹੱਡ ਪੈਰ ਇੰਨੇ ਜ਼ਿਆਦਾ ਸਖਤ ਨਹੀਂ ਹੋਏ ਹੁੰਦੇ, ਉਹਨੂੰ ਕੰਮ ਤੇ ਲਾ ਦਿੱਤਾ ਹੈ। ਜਿਸ ਤਰ੍ਹਾਂ ਆਪਾਂ ਬੱਚੇ ਨੂੰ, ਕਿਉਂਕਿ ਮੱਝਾਂ ਜਿਹੜੀਆਂ ਨੇ ਉਹ ਹੱਲ ਦੇ ਨਾਲ ਵਾਹੁੰਦੇ ਸੀ, ਪਹਿਲਾਂ ਪਹਿਲਾਂ ਖੇਤੀ ਕੀਤੀ ਜਾਂਦੀ ਸੀ, ਠੀਕ ਹੈ, ਅੱਜ ਕੱਲ੍ਹ ਤਾਂ ਟਰੈਕਟਰ ਵਗੈਰਾ ਆ ਗਏ, ਚਲੋ, ਤੇ ਹੱਲ ਦੇ ਨਾਲ ਜੋੜਿਆ ਜਾਂਦਾ ਸੀ। ਉਹਨੂੰ ਲੱਗਦਾ ਸੀਗਾ ਕਿ ਮੈਨੂੰ ਸ਼ਾਇਦ ਜ਼ਿੰਮੇਦਾਰੀ ਕੋਈ ਵੱਡੀ ਸਾਰੀ ਦਿੱਤੀ ਜਾ ਰਹੀ ਹੈ, ਹਲੀ ਜੋ ਦਿੱਤਾ ਜਾਵੇ, ਹਲ ਦੇ ਨਾਲ ਜੋੜ ਦਿੱਤਾ ਗਿਆ, ਠੀਕ ਹੈ। ਉਸ ਨੂੰ ਤਾਂ ਅਜੇ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ, ਮਤਲਬ ਉਹਨੇ ਹਲੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿ ਮੈਂ ਪਰਿਵਾਰ ਦੀ ਜ਼ਿੰਮੇਦਾਰੀ ਚੱਕ ਵੀ ਸਕਦਾ ਹਾਂ। ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਉਹਦਾ ਭਰਾ, ਤੇ ਉਸ ਤੋਂ ਹੀ ਪਤਾ ਲੱਗਾ ਸੀ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤ ਨਸ਼ਾ ਪੀ ਲਿਆ ਸੀ, ਜਾਂ ਖਬਰੇ ਵਾਹ ਵੱਜ ਗਈ ਸੀ। ਵਾਹ ਵੱਜ ਗਈ ਮਤਲਬ ਅਚਾਨਕ ਹੀ ਕੋਈ ਤਕਲੀਫ ਆ ਜਾਣੀ। ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਕੋਲ ਸੁੱਤੇ ਨੂੰ ਅਮਰੀਕ ਦੀ ਮਾਂ ਜਾਗੀਰ ਕੌਰ ਜਗਾਉਣ ਗਈ ਤਾਂ ਉਹ ਵੀ ਹੋਸ਼ ਪਿਆ ਸੀ, ਸਾਹ ਘਰੜ ਘਰੜ ਕਰਕੇ ਆ ਰਿਹਾ ਸੀ, ਬਹੁਤ ਔਖਾ ਔਖਾ ਸਾਹ ਲੈ ਰਿਹਾ ਸੀ ਉਹ। ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਤੇ ਉਸ ਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸਨੂੰ ਸ਼ਹਿਰ ਹਸਪਤਾਲ ਲੈ ਆਉਂਦਾ ਸੀ, ਤੇ ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਘੁਸਮੁਸੇ ਵਿੱਚ ਪਿੰਡ ਲਿਆਏ ਸਨ। ਘੁਸਮੁਸਾ ਮਤਲਬ ਹਲੇ ਇੰਨੀ ਜ਼ਿਆਦਾ ਰਾਤ ਨਹੀਂ ਸੀ ਹੋਈ, ਥੋੜਾ ਥੋੜਾ ਜਿਹਾ ਹਲੇ ਚਾਨਣ ਸੀ, ਠੀਕ ਹੈ। ਬੜੀ ਕੁੜੀ ਬੰਸੋ, ਹੁਣ ਇੱਥੇ ਕੁੜੀ ਦਾ ਵੀ ਨਾਮ ਆ ਗਿਆ, ਠੀਕ ਹੈ, ਵੱਡੀ ਹੈ ਬੰਸੋ, ਵੱਡੀ ਕੁੜੀ ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਓਂ ਆ ਗਈ ਹੋਈ ਸੀ, ਪਿਤਾ ਦੀ ਲਾਸ਼ ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ ਤੇ ਆ ਡਿੱਗੀ, ਠੀਕ ਹੈ। ਸੈਕਿੰਡ ਪੈਰੇ ਦੇ ਵਿੱਚੋਂ ਦੀ ਤੁਸੀਂ ਕੁਐਸਚਨ ਬਣਾ ਸਕਦੇ ਹੋ, ਇਹਨੂੰ ਲਿਖ ਲਓ ਕਿ ਪਹਿਲਾਂ ਤੇ ਪੁੱਛਿਆ ਜਾ ਸਕਦਾ ਹੈ ਇਹਦੇ ਪਰਿਵਾਰ ਬਾਰੇ ਕਿ ਕਰਤਾਰ ਸਿੰਘ ਦੇ ਜਾਂ ਅਮਰੀਕ ਸਿੰਘ ਦੇ ਪਰਿਵਾਰ ਵਿੱਚ ਕੌਣ ਕੌਣ ਸੀ, ਉਹਨਾਂ ਦੇ ਨਾਮ ਲਿਖੋ, ਠੀਕ ਹੈ। ਸੈਕਿੰਡ ਕੁਐਸਚਨ ਇਹ ਬਣ ਸਕਦਾ ਹੈ ਕਰਤਾਰ ਸਿੰਘ ਦੇ ਪਰਿਵਾਰ ਵਿੱਚ ਜਾਂ ਅਮਰੀਕ ਸਿੰਘ ਦੇ ਪਰਿਵਾਰ ਵਿੱਚ ਕੌਣ ਕੌਣ ਸੀ, ਉਹਨਾਂ ਦੇ ਨਾਮ ਲਿਖੋ, ਠੀਕ ਹੈ। ਸੋ ਅੱਗੇ ਅੱਗੇ ਜਿੱਦਾਂ ਜਿੱਦਾਂ ਨਾਮ ਆਈ ਜਾਣਗੇ ਲਿਖੀ ਜਾਵਾਂਗੀ ਮੈਂ, ਠੀਕ ਹੈ, ਇਹਨਾਂ ਨੂੰ ਨੋਟ ਕਰੀ ਜਾਓ। ਜਾਂ ਜਿਹੜਾ ਸੈਕਿੰਡ ਪੈਰਾ ਹੁਣ ਅਸੀਂ ਰੀਡ ਕੀਤਾ ਇਹਦੇ ਵਿੱਚ ਕੁਐਸਚਨ ਬਣ ਸਕਦਾ ਹੈ ਕਿ ਕਰਤਾਰ ਸਿੰਘ ਦੀ ਮੌਤ ਬਾਰੇ ਅਮਰੀਕ ਸਿੰਘ ਨੂੰ ਕਿਸਨੇ ਦੱਸਿਆ, ਕਰਤਾਰ ਸਿੰਘ ਦੀ ਮੌਤ ਬਾਰੇ ਅਮਰੀਕ ਸਿੰਘ ਨੂੰ ਕਿਸਨੇ ਦੱਸਿਆ, ਇਹਦਾ ਤੁਸੀਂ ਕਿੱਦਾਂ ਬਣਾਓਗੇ ਕੁਐਸਚਨ ਐਨੀ ਵਨ, ਬਿਕੋਜ਼ ਆਪਾਂ ਹੁਣੇ ਰੀਡ ਕਰ ਚੁੱਕੇ ਹਾਂ, ਨਾਲ ਹੀ ਆਨਸਰ ਆਪਾਂ ਡਿਸਕਸ ਕਰੀ ਜਾਣੇ ਨੇ। ਕਰਤਾਰ ਸਿੰਘ ਦੀ ਮੌਤ ਬਾਰੇ ਅਮਰੀਕ ਸਿੰਘ ਨੂੰ ਕਿਸਨੇ ਦੱਸਿਆ ਤੇ ਉਹਦੀ ਮੌਤ ਹੋਈ ਕਿਸ ਤਰ੍ਹਾਂ, ਠੀਕ ਹੈ, ਕਿਉਂਕਿ ਉਹ ਤਾਂ ਇੱਕ ਲਾਈਨ ਦਾ ਹੀ ਹੋ ਜਾਏਗਾ ਨਾ, ਕਿਸਨੇ ਦੱਸਿਆ ਤੇ ਉਸਦੀ ਮੌਤ ਹੋਈ ਕਿਸ ਤਰ੍ਹਾਂ, ਮੌਤ ਬਾਰੇ ਕਿਸਨੇ ਦੱਸਿਆ ਤੇ ਮੌਤ ਹੋਈ ਕਿਸ ਤਰ੍ਹਾਂ, ਐਨੀ ਵਨ। ਯੈਸ, 10th A 10th C। ਕਰਤਾਰ ਸਿੰਘ ਦੀ ਮੌਤ ਬਾਰੇ, ਯੈਸ ਕਾਰਤਿਕ ਵਿੱਚ ਮੈਮ, ਕਰਤਾਰ ਸਿੰਘ ਦੀ ਮੌਤ ਬਾਰੇ ਅਮਰੀਕ ਸਿੰਘ ਨੂੰ ਉਸਦੇ ਛੋਟੇ ਭਰਾ ਮੋਹਿੰਦਰ ਸਿੰਘ ਨੇ ਦੱਸਿਆ। ਵੈਰੀ ਗੁੱਡ, ਤੇ ਮੌਤ ਹੋਈ ਕਿਸ ਤਰ੍ਹਾਂ ਸੀ ਉਹਦੀ? ਉਸਦੇ ਮੌਤ ਯੈਸ ਕਾਰਤਿਕ, ਇਹ ਤਾਂ ਠੀਕ ਹੈ ਮਹਿੰਦਰ ਸਿੰਘ ਨੇ ਦੱਸਿਆ ਉਹਦਾ ਛੋਟਾ ਭਰਾ ਸੀ, ਪਰ ਉਹਦੀ ਮੌਤ ਹੋਈ ਕਿਸ ਤਰ੍ਹਾਂ? ਮੈਮ, ਉਸਦੀ ਮੌਤ ਅਧਿਕ ਮਾਤਰਾ ਵਿੱਚ ਸ਼ਰਾਬ ਪੀਣ ਕਰਕੇ ਹੋਈ ਸੀ। ਠੀਕ ਹੈ, ਵੈਰੀ ਗੁੱਡ ਕਾਰਤਿਕ, ਓਕੇ ਗੁੱਡ, ਪਾਰਟਿਸਿਪੇਟ ਇਸ ਤਰ੍ਹਾਂ ਹੀ ਬੇਟਾ ਕਰੀ ਜਾਇਆ ਕਰੋ। ਐਨੀ ਵਨ, ਠੀਕ ਹੈ, ਸਹੀ ਹੈ ਕਾਰਤਿਕ ਦਾ ਆਂਸਰ ਕਿ ਕਰਤਾਰ ਸਿੰਘ ਦੀ ਮੌਤ ਬਾਰੇ ਅਮਰੀਕ ਸਿੰਘ ਨੂੰ ਉਹਦੇ ਛੋਟੇ ਭਰਾ ਮਹਿੰਦਰ ਸਿੰਘ ਨੇ ਦੱਸਿਆ ਸੀ, ਤੇ ਉਹਦੀ ਮੌਤ ਹੋਈ ਕਿਸ ਤਰ੍ਹਾਂ ਸੀਗੀ?
ਉਹਨੂੰ ਪਤਾ ਲੱਗਾ ਕਿ ਉਹਨੇ ਰਾਤ ਨੂੰ ਸ਼ਾਇਦ ਜ਼ਿਆਦਾ ਨਸ਼ਾ ਪੀ ਲਿਆ ਸੀਗਾ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਤੇ ਫਿਰ ਤੁਸੀਂ ਅੱਗੇ ਲਿਖ ਦੇਣਾ 2 marks ਦੇ ਅਕੋਰਡਿੰਗਲੀ, ਕਿਉਂਕਿ ਤੁਸੀਂ 20-25 ਸ਼ਬਦਾਂ ਵਿੱਚ ਦੇਣਾ ਹੈ, ਤੁਹਾਡੀਆਂ 3-4 lines ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਤੇ ਜਦੋਂ ਉਹਦੀ ਮਾਤਾ ਜਿਹੜੀ ਸੀ ਚਾਹ ਬਣਾ ਕੇ ਗਈ ਤਾਂ ਉਹਨੇ ਦੇਖਿਆ ਕਿ ਅਮਰੀਕ ਸਿੰਘ ਜਾਨਵਰਾਂ ਵਾਲੇ ਥਾਂ ਤੇ ਜਿੱਥੇ ਉਹ ਪਸ਼ੂ ਬਣਦੇ ਸਨ ਉੱਥੇ ਉਹ ਬੇਹੋਸ਼ ਪਿਆ ਸੀਗਾ। ਫਿਰ ਉਹਨੂੰ ਚੱਕ ਕੇ ਲੈ ਕੇ ਗਏ ਹੋਸਪਿਟਲ, ਜੇ ਉੱਥੇ ਉਹਦੀ ਮੌਤ ਹੋ ਚੁੱਕੀ ਸੀਗੀ, ਠੀਕ ਹੈ। ਸੋ ਇਹ ਤੁਹਾਡਾ ਤੀਸਰਾ ਕੁਸ਼ਚਨ ਹੋ ਗਿਆ, ਰਾਈਟ। 3 questions ਹੋ ਗਏ ਨੇ, ਇਹਨਾਂ ਨਾਲ ਨਾਲ ਆਪਣੀ ਫੇਅਰ ਕਾਪੀ ਤੇ ਕਰੀ ਜਾਇਓ। ਨੈਕਸਟ ਪੈਰਾ, ਸਾਰਾ ਪਰਿਵਾਰ ਤਾਹਾ ਮਾਰ ਰਿਹਾ ਸੀ। ਤਾਹਾ ਮਤਲਬ ਉੱਚੀ ਉੱਚੀ ਰੋ ਰਿਹਾ ਸੀ। ਲੋਕ ਜੁੜ ਗਏ ਸਨ, ਇਕੱਠੇ ਹੋ ਗਏ ਸਨ ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰ ਨੂੰ ਜਦੋਂ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ ਤੇ ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕੀਤਾ ਗਿਆ, ਠੀਕ ਹੈ। ਦੂਸਰੀ ਕੁੜੀ ਵੀ ਸਹੁਰੇ ਤੋਂ ਆ ਗਈ ਸੀਗੀ ਤੇ ਹੋਰ ਬਾਕੀ ਵੀ ਜਿੰਨੇ ਰਿਸ਼ਤੇਦਾਰ ਸੀਗੇ ਉਹ ਵੀ ਸਾਰੇ ਇਕੱਠਾ ਹੋ ਗਏ ਸਨ ਤੇ ਫਿਰ ਉਹਨਾਂ ਨੇ ਫਾਈਨਲੀ ਉਹਨੂੰ ਸੰਸਕਾਰ ਕਰ ਦਿੱਤਾ ਉਹਦਾ। ਅਮਰੀਕ ਸਿਆਂ ਫਿਕਰ ਨਾ ਕਰ, ਜੋ ਆਇਆ ਸੋ ਚਲਸੀ। ਮਹਾਰਾਜ ਚ ਲਿਖਿਆ ਜੱਗ ਚਲਣੀ ਸਰਾਏ। ਫਿਰ ਉੱਥੇ ਬੈਠੇ ਕਿਸੇ ਬੰਦੇ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਸੰਸਾਰ ਦਾ ਨਿਯਮ ਇਹ ਹੈ ਕਿ ਜੋ ਆਇਆ ਹੈ ਉਹਨੇ ਹਮੇਸ਼ਾ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ। ਜੱਗ ਚਲਣੀ ਸਰਾਏ, ਚਲਣੀ ਮਤਲਬ ਕਿ ਜੱਗ ਜਿਹੜਾ ਹੈ ਉਹ ਨਾਸ਼ਵਾਨ ਹੈ, ਜਿਹੜਾ ਇੱਥੇ ਆਇਆ ਹੈ ਇੱਕ ਸਰਾਂ ਹੈ, ਠੀਕ ਹੈ, ਤੇ ਉਹਨੇ ਅੰਤ ਵਿੱਚ ਜਾਣਾ ਹੀ ਜਾਣਾ ਹੈ। ਉਹਨੂੰ ਲੈ ਬੈਠੇ ਉਹਦੇ ਵੈਲ, ਵੈਲ ਮਤਲਬ ਉਹਦੇ ਮਾੜੇ ਕੰਮ, ਉਹਦਾ ਨਸ਼ਾ, ਉਹਦੀ ਸ਼ਰਾਬ, ਠੀਕ ਹੈ। ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ। ਮਰਿਆ ਨਾਲ ਮਰਿਆ ਨਹੀਂ ਜਾਂਦਾ ਹੀ ਰਿਹਾ, ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਸਿਰ ਹੈ, ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਪਈ। ਮਤਲਬ ਕੋਈ ਉਹਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਇਹ ਹੋਣਾ ਹੀ ਹੋਣਾ ਹੈ, ਜ਼ਿੰਦਗੀ ਦੀ ਸੱਚਾਈ ਹੈ, ਠੀਕ ਹੈ। ਤੇ ਮਰਿਆਂ ਦੇ ਨਾਲ ਆਪਾਂ ਕਦੀ ਮਾਰ ਨਹੀਂ ਸਕਦੇ, ਸਾਨੂੰ ਹਮੇਸ਼ਾ ਹੌਸਲਾ ਕਰਕੇ ਜਿਉਣਾ ਹੀ ਪੈਂਦਾ ਹੈ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਕੁਐਸਚਨ ਲਿਖ ਲਓ ਆਪਣਾ ਫੋਰਥ, ਕਿ ਅਮਰੀਕ ਸਿੰਘ ਨੂੰ ਹੌਸਲਾ ਕਿਵੇਂ ਦਿੱਤਾ ਗਿਆ, ਅਮਰੀਕ ਸਿੰਘ ਨੂੰ ਹੌਸਲਾ ਕਿਵੇਂ ਦਿੱਤਾ ਗਿਆ, ਠੀਕ ਹੈ। ਪੈਰਾ ਵਾਈਜ਼ ਕੁਐਸਚਨਸ ਲਿਖੋਗੇ ਤਾਂ ਈਜ਼ੀ ਰਹੇਗਾ ਤੁਹਾਨੂੰ ਵੀ, ਰਾਈਟ। ਅਮਰੀਕ ਸਿੰਘ ਨੂੰ ਹੌਸਲਾ ਕਿਵੇਂ ਦਿੱਤਾ ਗਿਆ, ਰਾਈਟ। ਨੈਕਸਟ, ਇਸ ਜ਼ਿੰਮੇਦਾਰੀ ਤੇ ਫਰਜ਼ ਦੇ ਅਹਿਸਾਸ ਨੇ ਉਸਨੂੰ ਇੱਕ ਤਰ੍ਹਾਂ ਵੱਲ ਪਾ ਲਿਆ ਸੀ। ਵੱਲ ਮਤਲਬ ਉਹਨੂੰ ਇੱਕ ਤਰ੍ਹਾਂ ਨਾਲ ਘੇਰ ਰਿਹਾ ਸੀ। ਇੱਕ ਪਾਸੇ ਉਹਦੇ ਤੇ ਜ਼ਿੰਮੇਦਾਰੀ ਸੀਗੀ, ਠੀਕ ਹੈ, ਤੇ ਇੱਕ ਪਾਸੇ ਉਹਨੂੰ ਆਪਣੇ ਫਰਜ਼ ਚੇਤੇ ਆ ਰਹੇ ਸਨ ਕਿ ਮੈਂ ਕਿਹੜੇ ਆਪਣੇ ਫਰਜ਼ ਆਪਣੇ ਪਰਿਵਾਰ ਪ੍ਰਤੀ ਨਿਭਾਉਣੇ ਨੇ। ਨਾਗ ਵਾਂਗੂ, ਇਸ ਨਾਗ ਦਾ ਪਹਿਲਾ ਡੰਗ ਉਸਨੂੰ ਉਦੋਂ ਵੱਜਾ ਸੀ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ ਤੇ ਆਇਆ ਸੀ, ਠੀਕ ਹੈ। ਹੁਣ ਉਹਨੂੰ ਸੱਚਾਈ ਦਾ ਪਤਾ ਲੱਗਣਾ ਅੱਗੇ ਅੱਗੇ ਜਾ ਕੇ ਕਿ ਉਹਦਾ ਪਿਤਾ ਮਤਲਬ ਕਿ ਉਹਨੇ ਕੀ ਕੀਤਾ ਸੀ, ਠੀਕ ਹੈ। ਤੇ ਫਾਈਨਲੀ ਉਹਨੂੰ ਅਹਿਸਾਸ ਹੋਏਗਾ ਕਿ ਸ਼ੁਕਰ ਕੀਤਾ ਉਹਨਾਂ ਨੇ ਕਿ ਉਹਦਾ ਜਿਹੜਾ ਪਿਤਾ ਹੈ ਉਹ ਟਾਈਮ ਤੇ ਮਰ ਗਿਆ ਸੀਗਾ, ਠੀਕ ਹੈ। ਹੁਣ ਅੱਗੋਂ ਦੇਖੋ ਉਹਦੇ ਪਿਤਾ ਨੇ ਕਰਜ਼ੇ ਵਗੈਰਾ ਲਏ ਹੋਏ ਸਨ, ਰਾਈਟ। ਤੇ ਉਹਦੀ ਮੌਤ ਤੋਂ 8ਵੇਂ ਦਿਨ ਬਾਅਦ ਇੰਸਪੈਕਟਰ ਆਇਆ ਆਪਣੀ ਪੂਰੀ, ਉਹਦੇ ਨਾਲ ਉਹਦੀ ਫੌਜ ਸੀ, ਅਮਲਾ ਮਤਲਬ ਨਾਲ ਉਹਦੇ ਸਿਪਾਹੀ ਸਨ। ਅਤੇ ਉਸਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫਰੋਲ ਕੇ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਉਹਦੇ ਪਿਓ ਦੇ ਨਾਂ ਤੇ ਦੱਸਦਿਆਂ ਕਿਹਾ ਸੀ, ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕਮੁਸ਼ਤ ਜਮ੍ਹਾਂ ਕਰਾਉਣੇ ਪੈਣਗੇ। ਯਕਮੁਸ਼ਤ ਮਤਲਬ ਕਿ ਸਾਰੀ ਦੀ ਸਾਰੀ ਜਿੰਨੀ ਵੀ ਕਿਸ਼ਤ ਬਣ ਰਹੀ ਸੀਗੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਇੱਕੋ ਹੀ ਵਾਰੀ ਦੇਣੀ ਪੈਣੀ ਨੇ, ਕੋਈ ਇੰਸਟਾਲਮੈਂਟਸ ਨਹੀਂ ਹੋ ਸਕਦੀਆਂ, ਠੀਕ ਹੈ। ਤੇ ਅਮਰੀਕ ਨੂੰ ਅੱਗੋਂ ਕੁਝ ਔੜ ਨਹੀਂ ਸੀ ਰਿਹਾ, ਔੜ ਮਤਲਬ ਉਹਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਕੁਝ ਮੋਹਲਤ ਜਾਂ ਰਿਆਇਤ ਮੰਗਣ ਤੇ ਉਸਨੇ ਕਿਹਾ ਸੀ ਕਿ ਉਹ 2 ਕਿਸ਼ਤਾਂ ਵਿੱਚ ਪੈਸੇ ਚੁੱਕਦੇ ਕਰ ਦੇਵੇ। ਪਹਿਲੀ ਕਿਸ਼ਤ ਲਈ ਉਹਨੇ 15 ਦਿਨ ਦੀ ਮੋਹਲਤ ਦਿੱਤੀ ਸੀ। ਇਹ ਰਿਆਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਗਿਆ। ਮੁਲਾਜ਼ਮ ਮਤਲਬ ਕਿਉਂਕਿ ਅਮਰੀਕ ਜਿਹੜਾ ਸੀ ਉਹ ਸਰਕਾਰੀ ਨੌਕਰ ਸੀ, ਠੀਕ ਹੈ, ਤੇ ਪੁਲਿਸ ਵਾਲਾ ਵੀ ਸਰਕਾਰੀ ਨੌਕਰ ਸੀ, ਤੇ ਉਹਨੂੰ ਉੱਥੇ ਸ਼ਾਇਦ ਥੋੜੀ ਜਿਹੀ ਦਇਆ ਆ ਗਈ ਤੇ ਉਹਨੇ ਕਿਹਾ ਕਿ ਠੀਕ ਹੈ ਤੂੰ 2 ਕਿਸ਼ਤਾਂ ਕਰ ਲੈ, ਰਾਈਟ, ਤੇ ਤੈਨੂੰ ਪਰ ਪੈਸੇ ਜਿਹੜੇ ਹਨ ਪਿਤਾ ਦੇ ਕਰਜ਼ਾ ਜਿਹੜਾ ਪਿਤਾ ਨੇ ਕਰਜ਼ਾ ਜਿਹੜਾ ਲਿਆ ਹੋਇਆ ਸੀਗਾ ਕਿੰਨਾ 1650 ਰੁਪਏ ਉਹ ਤੈਨੂੰ ਦੇਣਾ ਹੀ ਦੇਣਾ ਪੈਣਾ ਹੈ, ਠੀਕ ਹੈ। ਸੋ ਇਹਦੇ ਵਿੱਚ ਕੁਸ਼ਚਨ ਕੀ ਬਣਾ ਸਕਦੇ ਹਾਂ, ਇਹਦੇ ਵਿੱਚ ਕਿਹੜਾ ਕੁਸ਼ਚਨ ਬਣ ਸਕਦਾ ਹੈ, ਕਿਉਂਕਿ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਕੁਸ਼ਚਨ ਵੀ ਤੁਸੀਂ ਖੁਦ ਫਰੇਮ ਕਰ ਸਕਦੇ ਹੋ। ਅਗਰ ਇਹਦੇ ਪੈਰੇ ਵਿੱਚ ਆਪਾਂ ਦੇਖੀਏ ਤਾਂ ਕੁਸ਼ਚਨ ਕਿਹੜਾ ਬਣੇਗਾ,
ਠੀਕ ਹੈ ਕੁਐਸਚਨ ਲਿਖ ਲਓ ਕਿ ਇੰਸਪੈਕਟਰ ਤੋਂ ਅਮਰੀਕ ਸਿੰਘ ਨੂੰ ਆਪਣੇ ਪਿਤਾ ਦੇ ਕਿਹੜੇ ਕਰਜ਼ੇ ਬਾਰੇ ਪਤਾ ਲੱਗਾ। ਇੰਸਪੈਕਟਰ ਤੋਂ ਅਮਰੀਕ ਸਿੰਘ ਨੂੰ ਸੌਰੀ ਇੰਸਪੈਕਟਰ ਤੋਂ ਅਮਰੀਕ ਸਿੰਘ ਦੇ ਪਿਤਾ ਦੇ ਕਿਹੜੇ ਕਰਜ਼ੇ ਬਾਰੇ ਪਤਾ ਲੱਗਾ। ਠੀਕ ਹੈ ਸੋ ਕਿਹੜੇ ਕਰਜ਼ੇ ਬਾਰੇ ਪਤਾ ਲੱਗਾ ਸੀ ਕਿ ਉਹਨੇ 1650 ਰੁਪਏ ਜਿਹੜੇ ਹਨ ਉਹ ਖਾਦ ਦੇ ਤੌਰ ਤੇ ਲਏ ਸਨ। ਉਹਨੇ ਜਿਹੜੀ ਖਾਦ ਖਰੀਦੀ ਸੀ ਆਪਣੇ ਖੇਤਾਂ ਦੇ ਲਈ ਤੇ ਉਹ ਹੁਣ ਕਿਉਂਕਿ ਉਹ ਤਾਂ ਸਮੇਂ ਸਿਰ ਚੁਕਾ ਨਹੀਂ ਸਕਿਆ ਤੇ ਹੁਣ ਅਮਰੀਕ ਸਿੰਘ ਨੂੰ ਉਹ ਚੁਕਾਉਣੇ ਪੈਣਗੇ। ਠੀਕ ਹੈ ਨੈਕਸਟ ਉੱਡਦੇ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾਂ ਗੱਡੀ ਵੇਖਦਾ ਰਿਹਾ ਸੀ ਪਿਓ ਨੂੰ ਵੀ ਅੱਗੋਂ ਸਿੱਧਾ ਆਉਂਦਾ ਸੀ ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ ਉਸ ਤੋਂ ਛੋਟੀ ਕੁੜੀ ਅਜੇ 7ਵੀਂ ਵਿੱਚ ਪੜ੍ਹਦੀ ਸੀ। ਅਮਰੀਕ ਸਿੰਘ ਨੇ ਸੋਚਿਆ ਸੀ ਕਿ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ ਸੀ। ਠੀਕ ਹੈ ਹੁਣ ਕੀ ਸੀਗਾ ਕਿ ਉਹਨੂੰ ਲੱਗਦਾ ਸੀਗਾ ਕਿ ਸ਼ਾਇਦ ਉਹ ਸ਼ੁਕਰ ਕਰ ਰਿਹਾ ਸੀ ਕਿਤੇ ਨਾ ਕਿਤੇ ਕਿ ਉਹਦਾ ਜਿਹੜਾ ਪਿਤਾ ਹੈ ਉਹ ਆਪਣੀ ਜਿਹੜੀ ਕਬੀਲਦਾਰੀ ਹੈ ਉਹ ਪਹਿਲਾਂ ਹੀ ਨਜਿੱਠ ਕੇ ਚਲਾ ਗਿਆ ਸੀਗਾ। ਮਤਲਬ ਜਿਹੜੀਆਂ ਉਹਦੀਆਂ ਦੋ ਵੱਡੀਆਂ ਕੁੜੀਆਂ ਸੀਗੀਆਂ ਠੀਕ ਹੈ ਉਹ ਹੱਲੇ ਆਪਣੇ ਹੱਥੀਂ ਵਿਆਹ ਗਿਆ ਸੀਗਾ ਨਹੀਂ ਤਾਂ ਉਸ ਲੰਮਾ ਹੌਕਾ ਭਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ ਭਾਵੇਂ ਅਫੀਮ ਖਾਂਦਾ ਸੀ ਅਮਰੀਕ ਨੂੰ ਤਾਂ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ। ਨੈਚੁਰਲੀ ਜਦੋਂ ਪੇਰੈਂਟਸ ਹੁੰਦੇ ਨੇ ਤਾਂ ਬੱਚਿਆਂ ਨੂੰ ਕੋਈ ਵੀ ਫਿਕਰ ਨਹੀਂ ਹੁੰਦਾ ਠੀਕ ਹੈ ਉਹਨੂੰ ਲੱਗਦਾ ਸੀਗਾ ਕਿ ਚਾਹੇ ਉਹਦਾ ਪਿਓ ਜਿੱਦਾਂ ਦਾ ਮਰਜ਼ੀ ਸੀਗਾ ਨਸ਼ੇੜੀ ਸੀ ਠੀਕ ਹੈ ਨਸ਼ੇ ਕਰਦਾ ਸੀ ਅਫੀਮ ਖਾਂਦਾ ਸੀ ਪਰ ਫਿਰ ਵੀ ਉਹਦੇ ਸਿਰ ਤੇ ਕੋਈ ਜ਼ਿੰਮੇਦਾਰੀ ਛੱਡ ਕੇ ਨਹੀਂ ਸੀ ਗਿਆ। ਠੀਕ ਹੈ ਉਹਨੂੰ ਲੱਗਦਾ ਸੀਗਾ ਕਿ ਉਹ ਆਪਣੀਆਂ ਕੁੜੀਆਂ ਦੇ ਵਿਆਹ ਕਰ ਚੁੱਕਾ ਸੀਗਾ ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੀ ਵਰਤਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ ਤੇ ਲਿਆ ਰੱਖਦਾ ਸੀ। ਤਨਖਾਹ ਨਾਲ ਤੇ ਮਾੜੀ ਚੰਗੀ ਬਾਹੀ ਨਾਲ ਉਸ ਘਰ ਦਾ ਸਾਰਾ ਖਰਚ ਤੋਰੀ ਫਿਰਦੇ ਸਨ। ਠੀਕ ਹੈ ਕਿ ਮਤਲਬ ਅਮਰੀਕ ਸਿੰਘ ਦੀ ਅੱਧੀ ਸੈਲਰੀ ਉਹ ਆਪਣੇ ਪੇਰੈਂਟਸ ਨੂੰ ਦਿੰਦਾ ਸੀ ਤੇ ਅੱਧੀ ਆਪਣੇ ਨਾਲ ਆਪਣੇ ਕੋਲ ਰੱਖਦਾ ਸੀ। ਠੀਕ ਹੈ ਤੇ ਘਰ ਦੀ ਜਿਹੜੀ ਖੇਤੀਬਾੜੀ ਸੀਗੀ ਉਹਦੇ ਨਾਲ ਵੀ ਘਰ ਦਾ ਗੁਜ਼ਾਰਾ ਬੜੇ ਚੰਗੇ ਤਰੀਕੇ ਨਾਲ ਹੋਈ ਜਾ ਰਿਹਾ ਸੀ। ਅਮਰੀਕ ਨੇ ਕਦੇ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ। ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਤੇ ਅਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ ਜਿਹੀ ਸੀ। ਚਿੜ ਮਤਲਬ ਉਹਨੂੰ ਖਿੱਝ ਜਿਹੀ ਚੜ੍ਹਦੀ ਸੀਗੀ। ਜੋ ਮਰਜ਼ੀ ਕਰੇ ਮੇਰੇ ਵੱਲੋਂ ਉਹਦਾ ਕੁਝ ਇੰਜ ਦਾ ਰਵੱਈਆ ਸੀ। ਠੀਕ ਹੈ ਅਮਰੀਕ ਸਿੰਘ ਮਤਲਬ ਕਿ ਬਹੁਤ ਹੀ ਜ਼ਿਆਦਾ ਟੈਨਸ਼ਨ ਨਹੀਂ ਸੀ ਲੈਂਦਾ ਕਿ ਉਹਦਾ ਪਿਤਾ ਕੀ ਕਰ ਰਿਹਾ ਹੈ। ਉਹਦਾ ਬਿਹੇਵੀਅਰ ਰਵੱਈਆ ਮਤਲਬ ਉਹਦਾ ਜਿਹੜਾ ਸੁਭਾਅ ਸੀ ਉਹ ਇਸ ਤਰ੍ਹਾਂ ਦਾ ਹੀ ਸੀ। ਉਹ ਅੰਦਰੋਂ ਅੰਦਰੀ ਪਿਓ ਤੋਂ ਦੂਰ ਨਾ ਹੁੰਦਾ ਖਬਰੇ ਉਹਨੂੰ ਪਿਆਰ ਕਰਦਾ ਸਮਝਾਉਂਦਾ ਅਤੇ ਉਹ ਇਸ ਹੱਦ ਤੱਕ ਨਾ ਵੱਧਦਾ ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਗਿਆ ਸੀ। ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਆਇਆ। ਉਸਨੇ ਅੱਖਾਂ ਘੁੱਟ ਕੇ ਮੀਚੀਆਂ ਫਿਰ ਖੋਲੀਆਂ। ਅੱਖਾਂ ਵਿਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ। ਉਹਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਸ਼ਾਇਦ ਉਹਦੇ ਪਿਤਾ ਦੀ ਮੌਤ ਦਾ ਕਾਰਨ ਅਮਰੀਕ ਸਿੰਘ ਖੁਦ ਹੈ। ਕਿਉਂ? ਕਿਉਂਕਿ ਇੱਕ ਤਾਂ ਉਹ ਆਪਣੇ ਪਿਤਾ ਨੂੰ ਜ਼ਿਆਦਾ ਟਾਈਮ ਨਹੀਂ ਸੀ ਦੇ ਪਾਉਂਦਾ। ਸਰਕਾਰੀ ਮੁਲਾਜ਼ਮ ਸੀ ਠੀਕ ਹੈ ਤੇ ਉਹਨੂੰ ਲੱਗਦਾ ਸੀਗਾ ਕਿ ਮੈਂ ਆਪਣੀ ਜ਼ਿੰਮੇਦਾਰੀ ਜਿਹੜੀ ਹੈ ਨਿਭਾ ਰਹੀ ਹਾਂ ਕਿ ਮੈਂ ਆਪਣੀ ਸੈਲਰੀ ਜਿਹੜੀ ਹੈ ਉਹ ਅੱਧੀ ਤਾਂ ਘਰ ਵਿੱਚ ਦੇ ਰਹੇ ਹਾਂ ਠੀਕ ਹੈ ਤੇ ਉਹਨੂੰ ਕੋਈ ਵੀ ਟੈਨਸ਼ਨ ਨਹੀਂ ਸੀ। ਉਹਦਾ ਪਿਤਾ ਜੋ ਕਰਦਾ ਸੀਗਾ ਤੇ ਉਹਨੇ ਕਦੀ ਆਪਣੇ ਪਿਤਾ ਵੱਲ ਧਿਆਨ ਹੀ ਨਹੀਂ ਦਿੱਤਾ ਸੀ ਠੀਕ ਹੈ ਤੇ ਉਹਨੂੰ ਹੁਣ ਆਪਣੇ ਆਪ ਵਿੱਚ ਲੱਗ ਰਿਹਾ ਸੀਗਾ ਕਿ ਸ਼ਾਇਦ ਮੈਂ ਉਹਦੀ ਮੌਤ ਦਾ ਕਾਰਨ ਹਾਂ ਠੀਕ ਹੈ। ਕਈ ਸਾਲਾਂ ਤੋਂ ਉਹ ਪਿਓ ਨਾਲ ਘੁੱਟਿਆ ਘੁੱਟਿਆ ਰਿਹਾ ਸੀ। ਘੁੱਟਿਆ ਘੁੱਟਿਆ ਮਤਲਬ ਉਹਦੇ ਨਾਲ ਚੰਗੀ ਤਰ੍ਹਾਂ ਨਾਲ ਗੱਲ ਨਹੀਂ ਸੀ ਕਰਦਾ ਠੀਕ ਹੈ। ਉਹਨਾਂ ਇੱਕ ਦੂਜੇ ਨਾਲ ਕਦੀ ਘੱਟ ਵੱਧ ਹੀ ਦਿਲ ਦੀ ਗੱਲ ਕੀਤੀ ਸੀ। ਉਸਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ ਗੱਲਾਂ ਕਰਦੇ ਸਨ। ਉਹ ਤਾਂ ਇੰਜ ਕਰ ਸਕਦਾ ਸੀ ਪਰ ਉਹ ਕੁਝ ਵੀ ਨਹੀਂ ਸਨ ਕਰ ਸਕੇ ਤੇ ਉਹਦਾ ਪਿਓ ਤੁਰ ਗਿਆ ਸੀ ਛੋਟੀ ਉਮਰ ਵਿੱਚ ਹੀ। 45 ਸਾਲ ਵੀ ਕੋਈ ਉਮਰ ਹੁੰਦੀ ਹੈ ਠੀਕ ਹੈ। ਉਹਦੇ ਅੰਦਰ ਭਰਮੀ ਰੀਜ ਜਾਗੀ ਕਾਸ਼ ਕਿਤੇ ਉਹਦਾ ਪਿਓ ਜਿਉਂਦਾ ਹੁੰਦਾ ਤੇ ਉਹ ਇਸ ਨਾਲ ਇੰਨਾ ਪਿਆਰ ਕਰੇ ਇੰਨਾ ਪਿਆਰ ਕਰੇ ਤੇ ਉਹ ਦੂਰ ਬਚਪਨ ਵਿੱਚ ਗਵਾਚ ਗਿਆ।
ਹੁਣ ਉਹ ਫਲੈਸ਼ਬੈਕ 'ਚ ਜਾ ਰਿਹਾ, ਠੀਕ ਹੈ, ਤੇ ਉਹਦੇ ਪਿਤਾ ਦੀ ਉਮਰ ਕਿੰਨੀ ਹੈ? 45 ਸਾਲ, 45 ਈਅਰਸ, ਠੀਕ ਹੈ। 45 ਸਾਲ ਦਾ ਉਹਦਾ ਪਿਤਾ ਸੀ ਜਿਹੜਾ ਉਹ ਮਰ ਗਿਆ ਸੀ, ਤਾਂ ਉਹਨੂੰ ਲੱਗਦਾ ਸੀਗਾ ਕਿ ਇਹ ਉਮਰ ਸ਼ਾਇਦ ਹੱਲੇ ਮਰਨ ਦੀ ਨਹੀਂ ਸੀ, ਇਹ ਉਹਦੇ ਪਿਤਾ ਦੇ ਨਾਲ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਮਾਂ ਸੀ ਉਹ ਗੁਜ਼ਾਰਨਾ ਚਾਹੀਦਾ ਸੀ। ਨਿੱਕੀ ਨਿੱਕੀ ਦਾੜੀ ਵਾਲਾ ਉਹਦਾ ਪਿਓ ਉਸਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ। ਹੁਣ ਉਹ ਫਲੈਸ਼ਬੈਕ 'ਚ ਜਾ ਰਿਹਾ, ਠੀਕ ਹੈ, ਜਦੋਂ ਅਮਰੀਕ ਸਿੰਘ ਫਸਟ ਵਿੱਚ ਸੀ, ਉਹਦਾ ਪਿਓ ਉਹਨੂੰ ਦਾਖਲ ਕਰਵਾਉਣ ਗਿਆ ਸੀ, ਤਾਂ ਮਾਸਟਰ ਮੁਲਕ ਰਾਜ ਅਮਰੀਕ ਨੂੰ ਉਹਦੀ ਪਿੱਠ ਥੜਕ ਦਿਆ। ਹੁਣ ਇੱਥੇ ਮਾਸਟਰ ਦਾ ਨਾਮ ਆਇਆ ਹੈ, ਠੀਕ ਹੈ, ਮੁਲਕ ਰਾਜ, ਅਮਰੀਕ ਸਿੰਘ ਨੂੰ ਉਹਦੀ ਪਿੱਠ ਥਾਪੜਦਿਆਂ ਕਹਿ ਰਿਹਾ ਸੀ, ਆ ਵੇਖ ਤੇਰੇ ਜਿੱਡੇ ਸਾਰੇ ਮੁੰਡੇ, ਉਹ ਵੇਖ ਖੁਸ਼ੀ ਦਾ ਮੁੰਡਾ ਤੇਰੇ ਤੋਂ ਵੀ ਛੋਟਾ, ਉਹ ਮੁੰਡਿਓ ਮਰੀਕੇ ਦਾ ਪਿਓ ਵੀ ਮੇਰੇ ਕੋਲ ਪੜਦਾ ਰਿਹਾ ਸੀ। ਮਰੀਕੇ ਮਤਲਬ ਅਮਰੀਕ ਦਾ ਪਿਓ, ਠੀਕ ਹੈ, ਮਤਲਬ ਜਿਹੜਾ ਕਰਤਾਰ ਸਿੰਘ ਸੀ ਉਹ ਵੀ ਉਸ ਮਾਸਟਰ ਕੋਲੋਂ ਪੜਦਾ ਸੀ। ਜੇ ਤੇ ਹੁਣ ਮਰੀਕ ਸੋਂ ਸਰਦਾਰ ਵੀ ਪੜਿਆ ਕਰੂ, ਆਜਾ ਆਜਾ ਪੁੱਤਰਾ ਆਜਾ, ਠੀਕ ਹੈ। ਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ ਤੇ ਖਲੋਤਾ ਹੱਸ ਰਿਹਾ ਸੀ। ਕੱਕੀ ਕੱਕੀ ਦਾੜੀ ਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ, ਜਿਸ ਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ, ਜਿਹੜਾ ਅਜੇ ਵੀ ਛਾਲਾ ਮਾਰਦਾ ਸੀ ਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ, ਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ, ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਹਾਂ, ਹੁਣ ਸਾਥੋਂ ਛਾਲਾਂ ਕਿੱਥੋਂ ਵੱਜਦੀਆਂ ਬੁੱਢੇ ਬੰਦਿਆਂ ਤੋਂ। ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ, ਤੂੰ ਮਾਰਿਆ ਕਰ ਛਾਲਾਂ ਪੁੱਤਰਾ, ਹੁਣ ਸਾਡੀ ਥਾਂ ਤੇ ਬੁੱਢਿਆਂ ਤੇ ਬੰਦਿਆਂ ਦੀ ਤੇ। ਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਸੀ ਉਹਦਾ ਪਿਓ ਬੁੱਢਾ ਹੋਵੇ, ਉਹਦੀ ਦਾੜੀ ਵਿੱਚ ਧੌਲੇ ਆਣ, ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲ ਉਸਦੇ ਪਿਓ ਬਾਰੇ ਪੁੱਛਦਾ ਤੇ ਉਹ ਆਖਦਾ, ਉਹ ਤੇਰਾ ਵੱਡਾ ਭਰਾ ਏ, ਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ, ਉਹਦਾ ਪਿਓ ਪਿਓ ਕਿਉਂ ਨਹੀਂ ਲੱਗਦਾ, ਭਰਾ ਕਿਉਂ ਲੱਗਦਾ ਹੈ? ਤੇ ਇਹ ਸੋਚਦਾ ਸਾਰੇ ਪਿਓਵਾਂ ਨੂੰ ਸਿਆਣੇ ਸਿਆਣੇ ਧੌਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ, ਠੀਕ ਹੈ। ਹੁਣ ਬੱਚੇ ਹਨ, ਬੱਚੇ ਦੀ ਉਹਦਾ ਜਿੱਦਾਂ ਦਾ ਮਾਇੰਡ ਸੈੱਟ ਹੋ ਜਾਏਗਾ, ਕਿਉਂਕਿ ਪਹਿਲਾਂ ਪਹਿਲਾਂ ਕੀ ਹੁੰਦਾ ਸੀਗਾ, ਜਦੋਂ 18-20 ਸਾਲ ਦੀ ਉਮਰ ਵਿੱਚ ਤਾਂ ਵਿਆਹ ਹੋ ਜਾਂਦਾ ਸੀਗਾ, ਠੀਕ ਹੈ, ਤੇ ਫਿਰ ਅੱਗੋਂ ਦੀ ਬੱਚਿਆਂ ਨੇ ਉਹ ਮਤਲਬ ਕਿ ਸੇਮ ਸੇਮ ਹੀ ਲੱਗਦੇ ਹੁੰਦੇ ਸਨ, ਇੰਨਾ ਜ਼ਿਆਦਾ ਏਜ ਗੈਪ ਹੁੰਦਾ ਨਹੀਂ ਸੀਗਾ। ਤੇ ਅਮਰੀਕ ਸਿੰਘ ਨੂੰ ਵੀ ਇੱਦਾਂ ਹੀ ਲੱਗਦਾ ਸੀਗਾ ਕਿ ਬਾਕੀ ਪਿਓਵਾਂ ਵਰਗਾ ਉਹ ਕਿਉਂ ਨਹੀਂ ਲੱਗਦਾ, ਕਿਉਂਕਿ ਬੱਚਿਆਂ ਦੀ ਇਮੇਜ ਜਿਹੜੀ ਦਿਮਾਗ ਵਿੱਚ ਇੱਕ ਵਾਰੀ ਬਣ ਜਾਂਦੀ ਹੈ ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਬਾਕੀ ਜਿੱਦਾਂ ਦੇਖਦਾ ਸੀ ਜਿਹੜੇ ਬਾਕੀ ਦੇ ਮੁੰਡੇ ਸਨ ਉਹਨਾਂ ਦੇ ਪਿਤਾ ਨੂੰ, ਉਹਨੂੰ ਲੱਗਦਾ ਸੀਗਾ ਕਿ ਸ਼ਾਇਦ ਪਿਤਾ ਇੱਦਾਂ ਦਾ ਹੁੰਦਾ ਹੈ ਕਿ ਜਿਹਦੇ ਹਮੇਸ਼ਾ ਧੌਲੇ ਚਿੱਟੇ ਵਾਲ ਆਏ ਹੋਏ ਹੁੰਦੇ ਹਨ, ਪਰ ਸਾਰੇ ਉਹਨੂੰ ਚਿੜਾਉਂਦੇ ਹੁੰਦੇ ਸਨ ਕਿ ਇਹ ਤੇਰਾ ਪਿਤਾ ਨਹੀਂ ਲੱਗਦਾ, ਇਹ ਤੇਰਾ ਭਰਾ ਲੱਗਦਾ ਹੈ, ਠੀਕ ਹੈ। ਤਾਂ ਉਹਨੂੰ ਲੱਗਦਾ ਹੁੰਦਾ ਸੀਗਾ ਕਿ ਉਹ ਅਹਿਸਾਸ ਮੈਨੂੰ ਕਦੋਂ ਮਿਲੇਗਾ ਕਿ ਜਦੋਂ ਮੇਰੇ ਪਿਤਾ ਦੇ ਵੀ ਚਿੱਟੇ ਵਾਲ ਆਣਗੇ ਤਾਂ ਮੈਂ ਐਕਚੁਅਲ ਵਿੱਚ ਪਿਤਾ ਵਾਲੀ ਫੀਲਿੰਗ ਲੈ ਸਕਾਂਗਾ, ਠੀਕ ਹੈ। ਇਹਦੇ ਵਿੱਚ ਕੁਐਸਚਨਸ ਲਿਖ ਲਓ, ਕਰਤਾਰ ਸਿੰਘ ਨੇ ਅਮਰੀਕ ਸਿੰਘ ਨੂੰ ਆਪਣੇ ਪਿਤਾ ਦਾ ਕਿਹੜਾ ਚਿਹਰਾ ਪਸੰਦ ਸੀ ਜਾਂ ਉਹ ਕਿੱਦਾਂ ਦਾ ਖਿਆਲ ਕਰਦਾ ਸੀ ਕਿ ਉਹਦਾ ਪਿਤਾ ਇੱਦਾਂ ਦਾ ਹੋਵੇ? ਕਿਹੜਾ ਚਿਹਰਾ ਪਸੰਦ ਸੀ, ਕਿੱਦਾਂ ਦਾ ਚਿਹਰਾ ਪਸੰਦ ਸੀ? ਉਹਨੂੰ ਲੱਗਦਾ ਸੀ ਕਿ ਉਹਦਾ ਭਰਾ ਸੋਰੀ ਉਹਦਾ ਜਿਹੜਾ ਪਿਤਾ ਹੈ ਉਹ ਥੋੜਾ ਜਿਹਾ ਵੱਧ ਉਮਰ ਵਾਲਾ ਹੁੰਦਾ, ਉਹਦੇ ਵੀ ਚਿੱਟੇ ਵਾਲ ਧੌਲੇ ਵਗੈਰਾ ਆਏ ਹੁੰਦੇ, ਤੇ ਉਹ ਉਹਦੇ ਭਰਾਵਾਂ ਵਰਗਾ ਨਾ ਲੱਗਦਾ, ਠੀਕ ਹੈ। ਤੇ ਛਾਲਾ ਮਾਰਦੇ ਅਮਰੀਕ ਦੀ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ, ਪੁੱਤਰਾ ਆਉਂਦੀਆਂ ਗੱਲਾਂ ਤੈਨੂੰ, ਤੇਰੇ ਸਿੰਗਾਂ ਤੇ ਅਜੇ, ਜਦੋਂ ਸਿਰ ਤੇ ਪਈ ਫਿਰ ਵੇਖੀ ਦੇਹ ਸਿਆ ਸੀਸਾ ਪਿਓ ਦੇ ਸਿਰ ਨੂੰ, ਜਿਹੜਾ ਸਿੰਘਾਂ ਪਰੋਂ 4 ਪੈਸੇ ਕਲਾਈ ਜਾਂਦਾ ਹੈ, ਠੀਕ ਹੈ। ਤੇ ਅਮਰੀਕ ਸਿੰਘ ਦੇ ਪਿਓ ਨੂੰ ਕਈ ਬਜ਼ੁਰਗ ਹੱਸ ਕੇ ਕਹਿੰਦੇ ਹੁੰਦੇ ਸਨ ਜਦੋਂ ਜਿਉਂਦਾ ਸੀਗਾ ਕਿ ਤੈਨੂੰ ਤਾਂ ਗੱਲਾਂ ਆਉਂਦੀਆਂ ਆ, ਤੇਰੀ ਤਾਂ ਹਲੇ ਜਵਾਨੀ ਦੀ ਉਮਰ ਆ, ਕਿਉਂਕਿ ਕਰਤਾਰ ਸਿੰਘ ਦਾ ਜਿਹੜਾ ਪਿਤਾ ਸੀ ਨਾ ਉਹ ਸਿੰਗਾਪੁਰ ਰਹਿੰਦਾ ਸੀ,
ਸਿੰਘਾਂ ਤੋਂ ਕਾਫੀ ਸਾਰੇ ਪੈਸੇ ਉਹਨੂੰ ਭੇਜਦਾ ਰਹਿੰਦਾ ਸੀ ਤੇ ਇਸ ਲਈ ਕਰਤਾਰ ਸਿੰਘ ਨੂੰ ਕਦੀ ਵੀ ਪੈਸੇ ਦੀ ਬਹੁਤੀ ਜ਼ਿਆਦਾ ਕਮੀ ਮਹਿਸੂਸ ਨਹੀਂ ਹੋਈ ਤੇ ਸੱਚੀ ਉਹ ਸੱਚੀ ਪਿਓ ਦੇ ਸਿਰ ਤੇ ਐਸ਼ ਲੈਂਦਾ ਰਿਹਾ ਸੀ। ਜ਼ਮੀਨ ਹਿੱਸੇ ਦੀ ਠੇਕੇ ਤੇ ਛੱਡਦਾ ਅਤੇ ਆਪ ਪਿੰਡ ਦੀਆਂ ਢਾਣੀਆਂ ਵਿੱਚੋਂ ਦੋ ਘੋੜਾ ਬੋਸਕੀ ਦੀ ਲਿਸ਼ਕਵੀ ਕਮੀਜ਼ ਪਾਈ ਸਿਰ ਤੇ ਗਾਜਰ ਪੱਗ ਬੰਨੀ ਫਿਰਦਾ। ਠੀਕ ਹੈ, ਮਤਲਬ ਕਰਤਾਰ ਸਿੰਘ ਜਿਹੜਾ ਸੀ ਉਹ ਬੜਾ ਹੀ ਬਣ ਠਣ ਕੇ ਰਹਿੰਦਾ ਸੀ ਤੇ ਕਿੱਦਾਂ ਦੀ ਬੋਸਕੀ ਦੀ ਕਮੀਜ਼ ਪਾਉਂਦਾ ਹੁੰਦਾ ਸੀ, ਉਹ ਇੱਕ ਸਟੱਫ ਦਾ ਨਾਮ ਹੈ, ਸਿਰ ਤੇ ਗਾਜਰੀ ਰੰਗ ਦੀ ਪੱਗ ਬੰਨਦਾ ਸੀ। ਉਸਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾ ਵਾਲੀ ਡਾਂਗ ਹੁੰਦੀ ਨਾ, ਜਿਹੜੀ ਅੱਜ ਕੱਲ੍ਹ ਗੱਭਰੂ ਜਿਹੜੇ ਨੇ ਉਹ ਜਦੋਂ ਭੰਗੜਾ ਪਾਉਂਦੇ ਨੇ ਤਾਂ ਉਹ ਫੜਦੇ ਨੇ ਹੱਥ ਵਿੱਚ, ਠੀਕ ਹੈ, ਸੰਮਾ ਵਾਲੀ ਡਾਂਗ। ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ। ਅਮਰੀਕ ਨੂੰ ਯਾਦ ਸੀ ਉਸਦੇ ਪਿਓ ਨੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਸ਼ੁਗਲ ਹੁੰਦਾ ਸ਼ੌਂਕ, ਕਿਉਂਕਿ ਪੈਸਾ ਵਾਧੂ ਸੀ ਕਰਤਾਰ ਸਿੰਘ ਕੋਲ ਉਸ ਟਾਈਮ ਤੇ, ਉਹਦੇ ਸ਼ੌਂਕ ਵੀ ਅਲੱਗ ਹੀ ਸਨ। ਛਾਲਾ ਮਾਰਨਾ ਤੇ ਕੌਡੀ ਖੇਡਣ ਤੋਂ ਬਿਨਾਂ, ਕੌਡੀ ਕਬੱਡੀ ਉਸ ਤੋਂ ਬਿਨਾਂ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਤੇ ਉਹ ਢਾਣੀਆਂ ਬੰਨ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ। ਢਾਣੀਆਂ ਬੰਨ ਕੇ ਮਤਲਬ ਗਰੁੱਪ ਵਿੱਚ, ਠੀਕ ਹੈ। ਇੱਥੇ ਕੁਐਸਚਨ ਬਣਾ ਲਓ, ਅਮਰੀਕ ਸਿੰਘ ਦੇ ਪਿਤਾ ਕਰਤਾਰ ਸਿੰਘ ਨੂੰ ਕੋਈ ਵੀ ਫਿਕਰ ਕਿਉਂ ਨਹੀਂ ਸੀ ਰਹਿੰਦਾ? ਠੀਕ ਹੈ, ਕਰਤਾਰ ਸਿੰਘ ਨੂੰ ਕੋਈ ਵੀ ਫਿਕਰ ਕਿਉਂ ਨਹੀਂ ਸੀ ਰਹਿੰਦਾ? ਕਿਉਂ ਨਹੀਂ ਸੀ ਰਹਿੰਦਾ? ਹਾਂਜੀ, ਕਿਉਂ ਉਹਦੇ ਪਿਤਾ ਨੂੰ ਫਿਕਰ ਨਹੀਂ ਸੀ ਰਹਿੰਦਾ ਤੇ ਕਿਸ ਦੇ ਸਿਰ ਤੇ ਉਹ ਐਸ਼ ਕਰਦਾ ਸੀ ਤੇ ਉਹਦੇ ਕਿਹੜੇ ਕਿਹੜੇ ਸ਼ੌਂਕ ਸਨ? ਜਾਂ ਇਹਦੇ ਨਾਲ ਹੀ ਤੁਸੀਂ ਐਡ ਕਰ ਸਕਦੇ ਹੋ ਕਿ ਕਰਤਾਰ ਸਿੰਘ ਨੂੰ ਕੋਈ ਵੀ ਫਿਕਰ ਕਿਉਂ ਨਹੀਂ ਸੀ ਰਹਿੰਦਾ, ਉਹਦੇ ਸ਼ੌਂਕ ਕਿਹੜੇ ਕਿਹੜੇ ਸਨ? ਉਹਨੇ ਕਾਫੀ ਸਾਰੇ ਸ਼ੌਂਕ ਪਾਲੇ ਹੋਏ ਸਨ, ਠੀਕ ਹੈ। ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਉਹਦਾ ਪਹਿਰਾਵਾ ਕਿੱਦਾਂ ਦਾ ਸੀਗਾ। ਕੌਣ ਬੋਲੇਗਾ? ਹਾਂਜੀ, ਫਿਕਰ ਕਿਉਂ ਨਹੀਂ ਸੀ ਰਹਿੰਦਾ, ਉਹਦੇ ਕਿਹੜੇ ਕਿਹੜੇ ਸ਼ੌਂਕ ਸਨ? ਸਟੋਰੀ ਬੇਟਾ ਮੈਂ ਹੀ ਬੋਲ ਰਹੀ ਹਾਂ, ਠੀਕ ਹੈ, ਸਟੋਰੀ ਤੁਹਾਨੂੰ ਸਮਝਾ ਵੀ ਰਹੀ ਹਾਂ ਹਰ ਇੱਕ ਪੈਰੇ ਤੋਂ ਬਾਅਦ ਵਿੱਚ, ਠੀਕ ਹੈ, ਔਰ ਕੁਸ਼ਚਨ ਆਨਸਰਸ ਵੀ ਆ ਰਹੇ ਨੇ, ਸੋ ਡਿਸਕਸ ਕਰ ਲੋਗੇ ਤਾਂ ਬੈਟਰ ਰਹੇਗਾ, ਤੁਹਾਡਾ ਹੀ ਆਨਸਰ ਜਿਹੜਾ ਹੈ ਉਹ ਸਹੀ ਹੋ ਸਕਦਾ ਹੈ ਅਗਰ ਤੁਸੀਂ ਸੁਣਾਉਣਾ ਚਾਹੁੰਦੇ ਹੋ ਤਾਂ। ਤੁਹਾਨੂੰ ਮੈਂ ਕੱਲ ਵੀ ਕਿਹਾ ਸੀਗਾ ਕਲਾਸ ਪਾਰਟਿਸਪੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ, ਯੈਸ ਮਿਸਟਰ ਸ਼ਰਮਾ, ਮੈਮ ਕਰਤਾਰ ਸਿੰਘ ਨੂੰ ਇਸ ਲਈ ਫਿਕਰ ਨਹੀਂ ਸੀ ਰਹਿੰਦਾ ਕਿਉਂਕਿ ਉਸਦਾ ਪਿਓ ਸਿੰਗਾਪੁਰ ਰਹਿੰਦਾ ਸੀ ਅਤੇ ਉਸਨੂੰ ਥੋੜੀ ਥੋੜੀ ਦੇਰ ਬਾਅਦ ਪੈਸੇ ਭੇਜਦਾ ਰਹਿੰਦਾ। ਕਰਤਾਰ ਸਿੰਘ ਆਪਣੇ ਪਿਓ ਦੇ ਉੱਤੇ ਪੈਸਿਆਂ ਤੇ ਐਸ਼ ਕਰਦਾ ਅਤੇ ਕੰਮ ਨੂੰ ਠੇਕੇ ਤੇ ਚਾੜ ਕੇ ਆਪ ਘੁੰਮਦਾ ਰਹਿੰਦਾ। ਉਹ ਲਿਸ਼ਕਣੀ ਜੀ ਕਮੀਜ਼ ਪਾਉਂਦਾ ਅਤੇ ਗਾਜਰੀ ਰੰਗ ਦੀ ਪੱਗ ਬੰਨਦਾ। ਉਹਦੇ ਹੱਥ ਵਿੱਚ ਹਮੇਸ਼ਾ ਅਤੇ ਇੱਕ ਡੰਡਾ ਰਹਿੰਦਾ ਸੀ, ਸੰਮਾ ਵਾਲੀ ਡਾਂਗ। ਸੰਮਾ ਵਾਲੀ ਡਾਂਗ ਰਹਿੰਦੀ ਸੀ। ਨਿਸ਼ਟਾ ਉਹਦੇ ਸ਼ੌਂਕ ਕਿਹੜੇ ਕਿਹੜੇ ਸਨ? ਉਸਦੇ ਸ਼ੌਂਕ ਸਨ ਕੋਡੀ ਖੇਡਣਾ ਕੋਡੀ ਖੇਡਣਾ ਅਤੇ ਉਹ ਸ਼ਿਕਾਰੀ ਕੁੱਤੇ ਵੀ ਰੱਖਦਾ ਸੀ ਅਤੇ ਥੋੜੇ ਥੋੜੇ ਦਿਨਾਂ ਬਾਅਦ ਸ਼ਿਕਾਰ ਖੇਡਣ ਵੀ ਜਾਇਆ ਕਰਦਾ ਸੀ। ਠੀਕ ਹੈ, ਗੁੱਡ। ਸੀ ਬੇਟਾ 73 ਜਾਂ ਇਸ ਤੋਂ ਵੱਧ ਪਾਰਟਿਸਪੈਂਟਸ ਹੁੰਦੇ ਨੇ, ਠੀਕ ਹੈ, ਸੋ ਉਹਨਾਂ ਵਿੱਚੋਂ ਦੀ ਕੋਈ ਵੀ ਹੈ ਨਹੀਂ ਵਿਲਿੰਗ ਨਹੀਂ ਹੁੰਦਾ ਹੈਗਾ ਆਂਸਰ ਦੇਣ ਲਈ, ਰਾਈਟ। ਅਗਰ ਤੁਹਾਨੂੰ ਸਟੋਰੀ ਪਤਾ ਹੈ, ਨਾਲ ਨਾਲ ਹਲੇ ਮੈਂ ਤੁਹਾਨੂੰ ਕੁਐਸਚਨਸ ਕਰਵਾਈ ਜਾ ਰਹੀ ਹਾਂ ਤੇ ਪਾਰਟਿਸਿਪੇਟ ਕਰਿਆ ਕਰੋ, ਤੁਸੀਂ ਕਰਦੇ ਹੀ ਨਹੀਂ ਹੋ ਪਾਰਟਿਸਿਪੇਟ, ਠੀਕ ਹੈ। ਨੈਕਸਟ ਹੈ, ਉਦੋਂ ਅਜੇ ਨਵੀਆਂ ਖਾਦਾਂ ਤੇ ਬੀਜ ਤੁਰੇ ਨਹੀਂ ਸਨ, ਮਤਲਬ ਜਦੋਂ ਕਰਤਾਰ ਸਿੰਘ ਦਾ ਟਾਈਮ ਸੀ ਤੇ ਉਦੋਂ ਹਲੇ ਇੰਨੀ ਜ਼ਿਆਦਾ ਖੇਤੀਬਾੜੀ ਦੇ ਵਿੱਚ ਇੰਨੀ ਜ਼ਿਆਦਾ ਨਵੀਂ ਟੈਕਨੋਲੋਜੀ ਨਹੀਂ ਆਈ ਸੀ, ਕੋਈ ਨਵੀਆਂ ਖਾਦਾਂ ਜਾਂ ਬੀਜ ਹਲੇ ਨਹੀਂ ਸਨ ਆਏ, ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ। ਵਸੀਲਾ ਮਤਲਬ ਕੋਈ ਸਾਧਨ ਨਹੀਂ ਸੀਗਾ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਮੈਂ ਜ਼ਮੀਨ ਕਿਉਂ ਖਰੀਦਾਂ, ਜ਼ਮੀਨ ਖਰੀਦਣ ਦੇ ਨਾਲ ਤਾਂ ਇੰਨੀ ਜ਼ਿਆਦਾ ਇਨਕਮ ਦਾ ਸੋਰਸ ਕੋਈ ਹੋ
ਹੋਏਗਾ ਹੀ ਨਹੀਂ। ਸ਼ਾਇਦ ਉਂਝ ਹੀ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ। ਰੁਝਾਨ ਕਿਉਂ ਨਹੀਂ ਸੀ? ਕਿਉਂਕਿ ਉਹਦਾ ਪਿਤਾ ਉਹਨੂੰ ਸਿੰਗਾਪੁਰ ਤੋਂ ਕਾਫੀ ਸਾਰੇ ਪੈਸੇ ਭੇਜਦਾ ਰਹਿੰਦਾ ਸੀ, ਤਾਂ ਉਹਦਾ ਕੋਈ ਇੰਟਰਸਟ ਹੀ ਨਹੀਂ ਸੀ ਹੁੰਦਾ ਜ਼ਮੀਨ ਲੈਣ ਦਾ ਜਾਂ ਆਪਣੇ ਪੈਸੇ ਕਮਾਉਣ ਦਾ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਛਰਿਆਂ ਵਿੱਚ ਉਡਾ ਦਿੰਦਾ ਸੀ, ਪਰ ਪਿੰਡ ਵਿੱਚ ਉਸਦੀ ਇੱਜ਼ਤ ਬਣੀ ਹੋਈ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ ਤੇ ਚਾਰ ਬੰਦੇ ਡਾਂਗਾ ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਤੇ ਉਹਦੇ ਪਿਓ ਦੇ ਯਾਰ ਉਹਨੂੰ ਲੜਾਉਂਦੇ ਰਹਿੰਦੇ। ਠੀਕ ਹੈ, ਤੇ ਹੁਣ ਦੇਖੋ ਇਹਦੇ ਵਿੱਚ ਕੁਸ਼ਚਨ ਕੀ ਬਣੇਗਾ ਕਿ ਪਿੰਡ ਵਾਲੇ ਉਹਦਾ ਸਤਿਕਾਰ ਕਿਉਂ ਕਰਦੇ ਸਨ? ਪਿੰਡ ਵਾਲੇ ਕਰਤਾਰ ਸਿੰਘ ਦਾ ਸਤਿਕਾਰ ਕਿਉਂ ਕਰਦੇ ਸਨ? ਕਿਉਂ ਕਰਦੇ ਸਨ? ਕਿਉਂਕਿ ਇੱਕ ਤਾਂ ਉਹਦੇ ਕੋਲ ਬਹੁਤੀ ਜ਼ਿਆਦਾ ਆਮਦਨ ਸੀ। ਨੈਚੁਰਲੀ ਜਿਹਦੇ ਕੋਲ ਪੈਸਾ ਜ਼ਿਆਦਾ ਹੋਏਗਾ, ਹੈ ਨਾ, ਜਿਹਦੇ ਆਲੇ ਦੁਆਲੇ ਚਾਰ ਪੰਜ ਬੋਡੀਗਾਰਡ ਹੋਣਗੇ, ਹੈ ਨਾ, ਤੇ ਉਹਨੂੰ ਕੋਈ ਫਿਕਰ ਨਹੀਂ ਹੋਏਗਾ ਕਦੀ ਵੀ ਕੰਮ ਕਰਨ ਦਾ। ਠੀਕ ਹੈ, ਇਸੇ ਕਰਕੇ ਹੀ ਉਹ ਹੌਲੀ 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 ਨਸ਼ਿਆਂ ਵੱਲ ਨੂੰ ਤੁਰਿਆ ਜਾ ਰਿਹਾ ਸੀ। ਤੇ ਪਿੰਡ ਵਾਲੇ ਫਿਰ ਉਹ ਸਤਿਕਾਰ ਕਰਦੇ ਸਨ, ਕਿਉਂ? ਕਿਉਂਕਿ ਇਸ ਕਰਕੇ ਨਹੀਂ, ਉਹ ਵਿਹਲਾ ਰਹਿੰਦਾ ਸੀ ਨੂੰ, ਇਸ ਕਰਕੇ ਕਿਉਂਕਿ ਉਹਦਾ ਪਿਤਾ ਜਿਹੜਾ ਹੈ ਉਹਨੂੰ ਪੈਸੇ ਭੇਜਦਾ ਸੀ, ਤੇ ਹਮੇਸ਼ਾ ਉਹ ਬੜਾ ਬੰਨ ਠਣ ਕੇ ਰਹਿੰਦਾ ਸੀ ਚਿੱਟੇ ਕੱਪੜਿਆਂ ਵਾਲਾ, ਤੇ ਪੈਸੇ ਦਾ ਪੁੱਤ ਹੋਣ ਕਰਕੇ। ਤੇ ਅੱਗੋਂ ਦੀ ਅਮਰੀਕ ਸਿੰਘ ਵੀ ਜਦੋਂ ਛੋਟਾ ਸੀ ਤਾਂ ਕਰਤਾਰ ਸਿੰਘ ਦੇ ਜਿਹੜੇ ਦੋਸਤ ਸਨ ਉਹ ਉਹਨੂੰ ਲੜਾਉਂਦੇ ਰਹਿੰਦੇ, ਲੜਾਉਂਦੇ ਮਤਲਬ ਉਹਨੂੰ ਖਿਡਾਉਂਦੇ ਰਹਿੰਦੇ ਸਨ। ਠੀਕ ਹੈ, ਕਿਉਂਕਿ ਕਰਤਾਰ ਸਿੰਘ ਕੋਲ ਬਹੁਤ ਜ਼ਿਆਦਾ ਪੈਸੇ ਸਨ। ਜਦੋਂ ਕਹਿੰਦੇ ਆ ਨਾ ਕਿ ਜਦੋਂ ਇਨਸਾਨ ਕੋਲ ਬਹੁਤ ਜ਼ਿਆਦਾ ਪੈਸੇ ਆ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਆ, ਹਰ ਕੋਈ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਠੀਕ ਹੈ, ਤੇ ਫਿਰ ਤੁਹਾਡਾ ਨਿਕੰਮਾਪਨ, ਵਿਹਲਾਪਨ ਨਹੀਂ ਦੇਖਿਆ ਜਾਂਦਾ, ਸਿਰਫ ਇੱਕ ਪੈਸੇ ਦਾ ਰੋਭ ਹੀ ਕਾਫੀ ਹੁੰਦਾ ਹੈ। ਠੀਕ ਹੈ, ਤੇ ਹੀ ਜਿਹੜੀਆਂ ਮੌਜਾਂ ਸਨ ਉਹ ਅਮਰੀਕ ਸਿੰਘ ਤੇ ਕਰਤਾਰ ਸਿੰਘ ਮਾਣ ਰਹੇ ਸਨ। ਠੀਕ ਹੈ, ਇੱਥੋਂ ਤੱਕ ਹੀ ਬੇਟਾ ਆਪਾਂ ਕਰਾਂਗੇ ਤੇ ਬਾਕੀ ਨੈਕਸਟ, ਠੀਕ ਹੈ, ਕੱਲ ਕਰਾਂਗੇ। ਰਾਈਟ, ਸੋ ਇਹਦੇ ਵਿੱਚ ਪੰਜ ਛੇ ਕੁਸ਼ਚਨਸ ਹੋ ਗਏ ਨੇ। ਤੇ ਪਹਿਲਾ ਸੀਗਾ ਕਿ ਸਾਰੇ ਜੀਆਂ ਨੂੰ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਵਿੱਚ ਕਿਹੜੇ ਕਿਹੜੇ ਰੂਪ ਨਜ਼ਰ ਆਉਂਦੇ ਹਨ। ਰਾਈਟ, ਤੇ ਸੈਕਿੰਡ ਜਿਹੜਾ ਹੈ ਕਰਤਾਰ ਸਿੰਘ ਦੇ ਪਰਿਵਾਰ ਬਾਰੇ ਦੱਸੋ ਕਿ ਉਹਦੇ ਪਰਿਵਾਰ ਵਿੱਚ ਕੌਣ ਕੌਣ ਰਹਿੰਦਾ ਸੀ। ਠੀਕ ਹੈ, ਫਿਰ ਥਰਡ ਕੁਸ਼ਚਨ ਸੀ ਕਿ ਕਰਤਾਰ ਸਿੰਘ ਦੀ ਮੌਤ ਬਾਰੇ ਉਸਨੂੰ ਕਿਸਨੇ ਦੱਸਿਆ, ਤੇ ਕਰਤਾਰ ਸਿੰਘ ਦੀ ਮੌਤ ਹੋਈ ਕਿਸ ਤਰ੍ਹਾਂ ਸੀ। ਠੀਕ, ਦੈਨ ਨੈਕਸਟ ਕੁਸ਼ਚਨ ਸੀ ਕਿ ਅਮਰੀਕ ਸਿੰਘ ਨੂੰ ਹੌਸਲਾ, ਪਿਤਾ ਦੀ ਮੌਤ ਤੋਂ ਬਾਅਦ ਵਿੱਚ ਅਮਰੀਕ ਸਿੰਘ ਨੂੰ ਹੌਸਲਾ ਕਿਵੇਂ ਦਿੱਤਾ ਗਿਆ। ਠੀਕ ਹੈ, ਇਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਕਿਸਨੇ ਦਿੱਤਾ ਸੀ, ਕਿਸਨੇ ਮਤਲਬ ਪਿੰਡ ਦੇ ਕੋਈ ਵੱਡੇ ਬਜ਼ੁਰਗ ਨੇ ਦਿੱਤਾ ਸੀ। ਠੀਕ ਹੈ, ਤੇ ਪਰਟੀਕੁਲਰ ਨੇਮ ਤਾਂ ਹੈ ਨਹੀਂ। ਠੀਕ ਹੈ, ਤੇ ਦੈਨ ਨੈਕਸਟ ਸੀ ਕਿ ਇੰਸਪੈਕਟਰ ਤੇ ਅਮਰੀਕ ਸਿੰਘ, ਇੰਸਪੈਕਟਰ ਨੇ ਅਮਰੀਕ ਸਿੰਘ ਦੇ ਪਿਤਾ ਦੇ ਕਿਹੜੇ ਕਰਜ਼ੇ ਬਾਰੇ ਦੱਸਿਆ ਸੀ, ਜਾਂ ਉਹਨੂੰ ਇੰਸਪੈਕਟਰ ਤੋਂ ਅਮਰੀਕ ਸਿੰਘ ਦੇ ਕਿਹੜੇ ਕਰਜ਼ੇ ਬਾਰੇ ਪਤਾ ਲੱਗਾ ਸੀ। ਠੀਕ ਹੈ, ਤੇ ਫਿਰ ਅਗਲਾ ਕੁਸ਼ਚਨ ਕਿ ਅਮਰੀਕ ਸਿੰਘ ਨੂੰ ਆਪਣੇ ਪਿਤਾ ਦਾ ਕਿਹੜਾ ਚਿਹਰਾ ਯਾਦ ਆਉਂਦਾ ਹੈ, ਜਾਂ ਉਹ ਕਿਸ ਤਰ੍ਹਾਂ ਦਾ ਆਪਣੇ ਦਿਮਾਗ ਵਿੱਚ ਕਿਸ ਤਰ੍ਹਾਂ ਦੀ ਉਹਦੀ ਰੂਪ ਜਾਂ ਉਹਦੀ ਸ਼ਕਲ ਬਣਾਉਣਾ ਚਾਹੁੰਦਾ ਸੀ। ਦੈਨ ਕਰਤਾਰ ਸਿੰਘ ਨੂੰ ਕੋਈ ਫਿਕਰ ਕਿਉਂ ਨਹੀਂ ਸੀ। ਠੀਕ ਹੈ, ਤੇ ਉਹਦੇ ਸ਼ੌਂਕ, ਕਰਤਾਰ ਸਿੰਘ ਦੇ ਸ਼ੌਂਕ ਕਿਹੜੇ ਕਿਹੜੇ ਸਨ। ਠੀਕ ਹੈ, ਇੱਥੋਂ ਤੱਕ ਆਪਾਂ ਕੁਸ਼ਚਨਸ ਕੀਤੇ ਨੇ। ਸੋ ਅੱਜ ਤੁਸੀਂ ਇਹ ਜਿੰਨੇ ਵੀ ਆਪਾਂ ਪੰਜ ਛੇ ਕੁਸ਼ਚਨਸ ਕਰ ਲਏ ਨੇ, ਠੀਕ ਹੈ, ਇਹਨਾਂ ਦੇ ਤੁਸੀਂ ਆਨਸਰਸ ਆਪਣੀ ਫੇਅਰ ਕਾਪੀ ਤੇ ਜ਼ਰੂਰ ਲਿਖਣੇ ਆ। ਮੀਨ ਦਾ ਟਾਈਮ, ਅਗਰ ਕਿਸੇ ਨੂੰ ਕੋਈ ਵੀ ਡਾਊਟ ਹੈ ਤਾਂ ਮੈਨੂੰ ਪੁੱਛ ਲਓ। ਹਾਂਜੀ ਗੁਰਸਿਮਰ। ਮੈਂ ਇੱਕ ਫੇਕ ਆਈਡੀ ਲੱਗ ਰਹੀ ਹੈ। ਹਾਂਜੀ, ਮੈਂ ਇੱਕ ਫੇਕ ਆਈਡੀ ਲੱਗ ਰਹੀ ਹੈ। ਜੱਟਾ ਮਾਰੀ ਕਲਾਸ ਮੇ ਕੋਈ ਨਹੀਂ ਹੈ। ਇੱਕ ਮਿੰਟ, ਕੌਣ ਹੈ ਜੱਟਾ? 22 ਜਗ੍ਹਾ ਨਹੀਂ, ਕੌਣ ਹੈ? ਜਸਟ ਵੇਟ।